ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦਾ ਮੈਂ ਗਿਆਨੀ ਗੁਰਜੀਤ ਸਿੰਘ ਪਟਿਆਲੇ ਤੋਂ ਸਾਰਿਆਂ ਦਾ ਸਵਾਗਤ ਕਰਦਾ ਅਤੇ ਸਾਰਿਆਂ ਨੂੰ ਦਸਵੇਂ ਪਾਤਸ਼ਾਹ ਦੀ ਬਖਸ਼ਿਸ਼ ਗੁਰਫਤਿਹ ਗਜਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਾਹਿਬਜ਼ਾਦੇ ਸੇਵਾ ਦਲ ਦੇ ਮੁੱਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਜੀ ਵੱਲੋਂ ਗੁਰਮੁਖ ਜੀਵਨ ਕੋਰਸ ਉਹ ਸ਼ੁਰੂ ਕੀਤਾ ਗਿਆ ਸੰਗਤਾਂ ਦੇ ਵਿੱਚ, ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਦੀ ਸਹੀ ਜਾਣਕਾਰੀ ਦੇਣ ਦੇ ਵਾਸਤੇ, ਉਹਨਾਂ ਦੀ ਪ੍ਰੇਰਣਾ ਸਦਕਾ ਅਜੋਕੀ ਨੌਜਵਾਨ ਪੀੜ੍ਹੀ ਦੇ ਤਾਈਂ ਗੁਰਬਾਣੀ ਸਮਝਾਉਣ ਦੇ ਵਾਸਤੇ ਸਮਝ ਹੈ ਸੁਝ ਹੈ ਵੀ ਜਿਹੜਾ ਸਮਝਣ ਦਾ ਯਤਨ ਕਰਦਾ ਉਹਨੂੰ ਸੁਝਦਾ ਔਰ ਪੜ੍ਹ ਪੜ੍ਹ ਬੁੱਝ ਹੈ ਉਹ ਪੜ੍ਹ ਕੇ ਸਮਝ ਕੇ ਉਹਨੂੰ ਸੁਝਦਾ ਅਤੇ ਅਖੀਰ ਦੇ ਵਿੱਚ ਪਤਾ ਚੱਲਦਾ ਅੰਤ ਨਿਰੰਤਰ ਸਾਚਾ ਵੀ ਇੱਕ ਪਰਮਾਤਮਾ ਹੀ ਸੱਚਾ, ਸਦੀਵੀ ਕਾਲ ਹੈ। ਇਸ ਵਾਸਤੇ ਗੁਰਬਾਣੀ ਨੂੰ ਸਮਝਣ ਦੇ ਵਾਸਤੇ ਸਾਹਿਬਜ਼ਾਦੇ ਸੇਵਾ ਦਲ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੰਗਤਾਂ ਦੇ ਵਾਸਤੇ। ਅਨੇਕਾਂ ਪਰਮਾਤਮਾ ਦੇ ਨਾਮ ਨੇ, ਉਹਨਾਂ ਦੇ ਵਿੱਚੋਂ ਪਰਮਾਤਮਾ ਦੇ ਜਿਹੜੇ ਨਾਮ ਦੇ ਬਾਰੇ ਬਹੁਤਾਤ ਦੇ ਵਿੱਚ ਅਣਮਤੀਆਂ ਨੂੰ ਸ਼ੱਕ ਹੁੰਦਾ ਔਰ ਉਹ ਸਿੱਖ ਸੰਗਤਾਂ 'ਤੇ ਸਵਾਲ ਕਰਦੇ ਨੇ, ਸਭ ਤੋਂ ਪਹਿਲਾਂ ਉੱਥੋਂ ਆਰੰਭਤਾ ਕਰਦੇ ਹੈ। ਔਰ ਉਸ ਤੋਂ ਵੀ ਪਹਿਲਾਂ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਗੁਰਬਾਣੀ ਨੂੰ ਸਮਝਣ ਦੇ ਵਾਸਤੇ ਆਪਣੇ ਤੁਹਾਡੇ ਫੋਨਾਂ ਦੇ ਵਿੱਚ ਆਈ ਗ੍ਰੰਥ ਹੈ ਜਾਂ ਈ ਗੁਰਬਾਣੀ ਐਪ ਜ਼ਰੂਰ ਡਾਊਨਲੋਡ ਕੀਤੀ ਹੋਵੇ ਤਾਂ ਕਿ ਤੁਸੀਂ ਸਾਡੇ ਨਾਲ ਨਾਲ ਚੱਲ ਕੇ ਦੇਖ ਸਕੋ। ਬਕਾਇਦਾ ਫੋਨ ਦੇ ਵਿੱਚ ਤੁਹਾਨੂੰ ਇਹ ਵੀ ਦੱਸਿਆ ਜਾਏਗਾ ਵੀ ਕਿਹੜੇ ਅੰਗ 'ਤੇ ਹੈ, ਹਰੇਕ ਤਰੀਕੇ ਦੇ ਨਾਲ ਤੁਸੀਂ ਆਪਣੇ ਫੋਨ 'ਤੇ ਵੀ ਕੱਢ ਕੇ ਨਾਲੋ ਨਾਲ ਦੇਖ ਕੇ ਸਮਝ ਸਕੋ। ਤੁਹਾਡੇ ਫੋਨ ਦੇ ਵਿੱਚ ਜ਼ਰੂਰ ਆਈ ਗ੍ਰੰਥ ਜਾਂ ਈ ਗੁਰਬਾਣੀ ਐਪ ਡਾਊਨਲੋਡ ਹੋਵੇ। ਸ਼ੁਰੂਆਤ ਕਰਦੇ ਹਾਂ ਪਰਮਾਤਮਾ ਦੇ ਨਾਮ ਤੋਂ ਔਰ ਜਿਹਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਹੈ, ਉਹ ਨਾਮ ਹੈ ਰਾਮ। ਇਸ ਦੇਸ਼ ਦੇ ਵਿੱਚ ਇਹ ਨਾਮ ਬੜਾ ਪ੍ਰਚਲਿਤ ਹੈ ਔਰ ਇਹ ਨਾਮ ਸੰਸਕ੍ਰਿਤ ਦਾ ਹੈ। ਪਰਮਾਤਮਾ ਦਾ ਨਾਮ ਹੈ ਅਤੇ ਤ੍ਰੇਤੇ ਦੇ ਜਿਹੜੇ ਅਵਤਾਰ ਨੇ ਉਹਨਾਂ ਦਾ ਵੀ ਇਹੀ ਨਾਮ ਹੈ। ਪਰ ਇਹ ਨਾਮ ਦੀ ਵਿਆਖਿਆ ਔਰ ਇਹ ਗੁਰਬਾਣੀ ਦੇ ਵਿੱਚ ਵੱਖ ਵੱਖ ਵਿਦਵਾਨ ਨੇ ਉਹਨਾਂ ਦਾ ਅੰਦਾਜ਼ਾ ਹੈ ਵੀ 2500 ਦੇ ਕਰੀਬ ਆਇਆ ਇਹ ਨਾਮ ਰਾਮ। ਵੀ 2490 ਵਾਰ ਇਹ ਸੰਬੋਧਨ ਪਰਮਾਤਮਾ ਨੂੰ ਹੈ, ਇਹ ਨਾਮ ਰਾਮ ਕਹਿ ਕੇ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ। 10 ਵਾਰ ਤ੍ਰੇਤੇ ਦੇ ਰਾਮ ਚੰਦਰ ਜੀ ਦਾ ਵੀ ਜ਼ਿਕਰ ਹੈ। ਪਰ ਇਸ ਨਾਮ ਦੇ ਕੀ ਅਰਥ ਨੇ, ਸੰਖੇਪ ਸ਼ੈਲੀ ਹੈ ਔਰ ਇਹਨੂੰ ਖੋਲ੍ਹਦੇ ਨੇ ਬਕਾਇਦਾ ਗੁਰੂ ਅਰਜਨ ਦੇਵ ਜੀ ਮਹਾਰਾਜ। ਤੁਸੀਂ ਆਪਣੇ ਆਈ ਗ੍ਰੰਥ ਦੇ ਵਿੱਚ 4 ਅੱਖਰ ਭਰੋ, ਸੱਸਾ, ਰਾਰਾ, ਜੱਜਾ, ਰਾਰਾ ਅਤੇ ਨੰਨਾ, ਇਹ ਜਦੋਂ ਤੁਸੀਂ 5 ਅੱਖਰ ਜਾਂ 4 ਅੱਖਰ ਭਰੋਂਗੇ, ਸੱਸਾ, ਰਾਰਾ, ਜੱਜਾ, ਰਾਰਾ, ਨੰਨਾ,
ਇਹਦੀ ਰਾਮ ਦੀ ਵਿਆਖਿਆ ਨਿਕਲੇਗੀ 1082 ਅੰਗ ਦੇ ਉੱਪਰ। ਪੰਜਵੇਂ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਰਾਗ ਮਾਰੂ ਹੈ, ਮਾਰੂ ਰਾਗ ਦੇ ਵਿੱਚ ਮਹੱਲਾ ਪੰਜਵਾਂ ਵਿਆਖਿਆ ਜਿਹੜੀ ਨਿਕਲੇਗੀ ਉਹ ਕੁਝ ਇਸ ਤਰ੍ਹਾਂ ਦੀ ਹੈ। ਸ਼੍ਰੀ ਰਾਮ ਚੰਦ ਮੈਂ ਤੁਹਾਡੇ ਸਾਹਮਣੇ ਲਿਖ ਰਿਹਾ, ਤੁਸੀਂ ਇਹ ਪੰਜ ਅੱਖਰ ਭਰ ਕੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਵਿਆਖਿਆ ਆਵੇਗੀ। ਸ਼੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ, ਤਿੰਨ ਪੰਕਤੀਆਂ ਦੀ ਵਿਆਖਿਆ ਆਵੇਗੀ। ਪਹਿਲੀ ਪੰਕਤੀ ਇਹ ਹੈ, ਇੱਥੇ ਬਕਾਇਦਾ ਦੋ ਡੰਡੀਆਂ ਨੇ, ਫਿਰ ਅਗਲੀ ਪੰਕਤੀ ਆਵੇਗੀ ਬਨਵਾਲੀ। ਇਹ ਇੱਕੋ ਨਾਮ ਦੀ ਰਾਮ ਦੀ ਵਿਆਖਿਆ ਕੀਤੀ ਹੈ ਅਨੰਤ ਨਾਮਾਂ ਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਸ਼ਬਦ ਹੈ ਜਿਹਦੇ ਵਿੱਚ ਪਰਮਾਤਮਾ ਦੇ ਨਾਮ ਹੀ ਨਾਮ ਨੇ, ਔਰ ਉਹਦੇ ਵਿੱਚੋਂ ਕੇਵਲ ਵੀ ਕਿਸੇ ਨੂੰ ਕੋਈ ਸ਼ੱਕ ਨਾ ਰਹਿ ਜਾਏ, ਔਰ ਬਹੁਤਾਤ ਦੇ ਵਿੱਚ ਅਣਮਤੀਆਂ ਨੂੰ ਸ਼ੱਕ ਹੈ। ਔਰ ਸਾਡੇ ਵਾਲੇ ਵੀ ਜਦ ਸਿੱਖਾਂ 'ਤੇ ਉਹ ਸਵਾਲ ਕਰਦੇ ਨੇ, ਜਿਹੜੇ ਮਨੁੱਖਾਂ ਦੀ ਸੰਥਿਆ ਕੀਤੀ ਹੈ ਉਹ ਤਾਂ ਜਾਣਦੇ ਨੇ, ਜਿਨ੍ਹਾਂ ਨੇ ਨਹੀਂ ਕੀਤੀ ਜਾਂ ਬਹੁਤ ਗਹਿਰਾ ਜਿਨ੍ਹਾਂ ਦਾ ਗੁਰਬਾਣੀ ਦਾ ਅਧਿਐਨ ਨਹੀਂ ਹੁੰਦਾ, ਉਹ ਇਹ ਸਵਾਲ ਨੂੰ ਸੁਣ ਕੇ ਵੀ ਜੀ ਰਾਮ ਦਾ ਜ਼ਿਕਰ ਆ ਗਿਆ, ਵੀ ਇਹ ਤ੍ਰੇਤੇ ਦੇ ਰਾਮ ਨੇ। ਤ੍ਰੇਤੇ ਦੇ ਰਾਮ ਦਾ ਜ਼ਿਕਰ 10 ਵਾਰੀ ਹੈ, 2490 ਵਾਰ ਇਹ ਪਰਮਾਤਮਾ ਨੂੰ ਦਾ ਨਾਮ ਹੈ, ਔਰ ਇਹਦੀ ਵਿਆਖਿਆ ਕਰਦੇ ਨੇ। ਔਰ ਇਹ ਵਿਆਖਿਆ ਲਾਜ਼ਮੀ ਹਰੇਕ ਗੁਰਸਿੱਖ ਨੂੰ ਇਹ ਪੰਕਤੀਆਂ ਯਾਦ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਕਦੇ ਉਹਦੇ ਆਪਦੇ ਮਨ ਦੇ ਵਿੱਚ ਵੀ ਕੋਈ ਸ਼ੱਕ ਨਾ ਰਹੇ, ਅਤੇ ਜਦ ਦੂਸਰੇ ਉਹਦੇ 'ਤੇ ਸਵਾਲ ਕਰਨ ਤਾਂ ਉਹ ਜਵਾਬ ਦੇਣ ਵਾਲਾ ਹੋਵੇ। ਹੁਣ ਇਹ ਤਿੰਨ ਪੰਕਤੀਆਂ ਦੇ ਵਿੱਚ ਜੋ ਸੰਸਕ੍ਰਿਤ ਦਾ ਨਾਂ ਸ਼ਬਦ ਹੈ ਰਾਮ, ਉਹਦੀ ਵਿਆਖਿਆ, ਹੁਣ ਇਹਦੀ ਤੁਸੀਂ ਵਿਲੱਖਣਤਾ ਦੇਖਿਓ। ਰਾਮ ਦੇ ਵੀ ਆਹ ਅੱਖਰ ਹੈ, ਆਹ ਮਾਤਰਾ ਹੈ, ਆਹ ਅੱਖਰ ਹੈ। ਇਹ ਤਿੰਨੇ ਪੰਕਤੀਆਂ, ਇਹ ਪਹਿਲੀ ਪੰਕਤੀ ਰਾਰੇ ਦੀ ਹੈ, ਆ ਮਾਤਰਾ ਦੀ ਹੈ, ਕੰਨੇ ਦੀ ਮਾਤਰਾ ਜਿਹੜੀ ਹੈਗੀ ਕੰਨੇ ਦੀ ਮਾਤਰਾ ਦੀ ਹੈ, ਅਤੇ ਆ ਮੰਮੇ ਦੀ ਹੈ। ਤਿੰਨ ਪੰਕਤੀਆਂ ਦੇ ਵਿੱਚ ਇੱਕੋ ਸ਼ਬਦ ਦੀ ਵਿਆਖਿਆ, ਸ਼੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ, ਰਾਰਾ ਇਹ ਹੈ ਔਰ ਨੰਨਾ ਦੇਹਲੀ ਦੀਪਕ ਹੈ। ਦੇਹਲੀ ਦੀਪਕ ਦਾ ਅਰਥ ਹੈ ਇਹ ਨੰਨਾ ਰੂਪ ਦੇ ਨਾਲ ਵੀ ਲੱਗੇਗਾ ਔਰ ਇਹ ਨੰਨਾ ਰੇਖਿਆ ਦੇ ਨਾਲ ਵੀ ਲੱਗੇਗਾ, ਵੀ ਰੂਪ ਨਾ, ਰਾਰਾ ਕਹਿ ਰਿਹਾ ਰੂਪ ਨਾ, ਨਾ ਰੇਖਿਆ ਜਿਹਦਾ ਕੋਈ ਰੂਪ ਨਹੀਂ ਹੈ, ਜਿਹਦੀ ਕੋਈ ਰੇਖਾ ਨਹੀਂ ਹੈ, ਰਾਰਾ ਇਸ ਗੱਲ ਦਾ ਸੰਕੇਤ ਹੈ। ਜਿਹਨੂੰ ਜਾਪ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਦੇ ਨੇ, ਚੱਕਰ ਚਿਹਨ ਔਰ ਬਰਨ ਜਾਤ ਔਰ ਪਾਤ ਨਹਿਨ ਜੇਹ,
ਰੂਪ ਰੰਗ ਔਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਜਿਹਦਾ ਕੋਈ ਰੂਪ ਨਹੀਂ ਹੈ, ਜਿਹਦਾ ਕੋਈ ਰੇਖ ਨਹੀਂ ਹੈ, ਚੱਕਰ ਚਿਹਨ ਨਹੀਂ ਹੈ। ਜਿਹੜੀ ਕੰਨੇ ਦੀ ਹੈ, ਕੰਨਾ ਬਨਵਾਲੀ ਦੇ ਵਿੱਚ ਵੀ ਹੈ, ਚੱਕਰ ਪਾਣ ਦੇ ਵਿੱਚ ਵੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ। ਔਰ ਦਰਸ ਅਨੂਪਿਆ ਇੱਕੋ ਸ਼ਬਦ ਹੈ, ਔਰ ਇੱਥੇ ਵੀ ਅਨੂਪਿਆ ਦੇ ਵਿੱਚ ਵੀ ਕੰਨਾ ਹੈ। ਤਿੰਨ ਸ਼ਬਦ ਬਨਵਾਲੀ, ਚੱਕਰਪਾਣ, ਦਰਸ ਅਨੂਪਿਆ, ਤਿੰਨਾਂ ਦੇ ਵਿੱਚ ਕੰਨਾ ਹੈ, ਇਹ ਕੰਨੇ ਦੀ ਵਿਆਖਿਆ ਹੈ। ਹੁਣ ਅੱਗੇ ਮੰਮਾ ਵੀ ਹੈ, ਫਿਰ ਮੰਮੇ ਦੀ ਵਿਆਖਿਆ ਹੈ। ਸਹਿਸ ਨੇਤਰ ਮੂਰਤ ਹੈ ਸਹਿਸਾ, ਇੱਕ ਦਾਤਾ ਸਭ ਹੈ ਮੰਗਾ, ਇਹ ਮੰਮੇ ਦੀ ਵਿਆਖਿਆ ਹੈ। ਪੂਰਾ ਸਾਰੇ ਦਾ ਸਾਰਾ ਰਾਮ ਦੀ ਵਿਆਖਿਆ 1082 ਅੰਗ ਦੇ ਉੱਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਹੈ। ਵੀ ਸ਼੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ, ਰਾਰਾ ਕਹਿ ਰਿਹਾ ਕੋਈ ਰੂਪ ਨਹੀਂ ਹੈ, ਕੋਈ ਰੇਖਿਆ ਨਹੀਂ ਹੈ, ਕੰਨਾ ਬਨਵਾਲੀ, ਚੱਕਰਪਾਣ, ਦਰਸ ਅਨੂਪਿਆ, ਸਹਿਸ ਨੇਤਰ ਮੂਰਤ ਹੈ ਸਹਿਸਾ, ਮੰਮਾ ਕਹਿ ਰਿਹਾ ਵੀ ਉਹਦੀਆਂ ਹਜ਼ਾਰਾਂ ਹੀ ਮੂਰਤਾਂ ਨੇ, ਹਜ਼ਾਰਾਂ ਹੀ ਨੇਤਰ ਨੇ, ਇੱਕ ਦਾਤਾ ਸਭ ਹੈ ਮੰਗਾ, ਸਾਰੇ ਇੱਕ ਉਹ ਦਾਤਾ ਹੈ ਅਤੇ ਸਾਰੇ ਉਸੇ ਤੋਂ ਮੰਗ ਰਹੇ ਨੇ। ਇਕੱਲੇ ਰਾਮ ਸ਼ਬਦ ਦੀ ਪਰਮਾਤਮਾ ਦੇ ਅਨੇਕਾਂ ਨਾਮਾਂ ਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਨੇ ਇਹ ਵਿਆਖਿਆ ਕੀਤੀ ਹੈ। ਬਾਕੀ ਨਾਮਾਂ ਦੀ ਮਹਾਰਾਜ ਨੇ ਜਿਹੜਾ ਮਨੁੱਖ ਗਹਿਰਾਈ ਦੇ ਨਾਲ ਉਤਰਦਾ ਉਹਨੂੰ ਵਿਆਖਿਆ ਮਿਲਦੀ ਹੈ। ਉਮੀਦ ਹੈ ਵੀ ਤੁਸੀਂ ਇਹ ਪੰਜ ਅੱਖਰ ਭਰ ਕੇ ਇਹ ਤੁਹਾਡੇ ਅੱਗੇ ਸ਼ਬਦ ਨਿਕਲੇਗਾ ਜਿਹਦੇ ਵਿੱਚੋਂ ਤੁਸੀਂ ਰਾਮ ਦੀ ਵਿਆਖਿਆ ਦੇਖ ਸਕਦੇ ਹੋ। ਫਿਰ ਹੋਰ ਵੀ ਪਰਮਾਤਮਾ ਦੇ ਨਾਮ ਨੇ, ਔਰ ਕਈ ਨਾਮ ਤਾਂ ਐਸੇ ਨੇ ਜੋ ਕੇਵਲ ਭਗਤ ਹੀ ਵਰਤਦੇ ਨੇ। ਅਨੰਤ ਨਾਮ ਨੇ ਪਰਮਾਤਮਾ ਦੇ, ਉਹਨਾਂ ਅਨੰਤਾਂ ਨਾਮਾਂ ਦੇ ਵਿੱਚੋਂ ਜਿਨ੍ਹਾਂ ਨੇ ਸੰਥਿਆ ਕੀਤੀ ਹੈ ਸਹਿਜ ਪਾਠ, ਅਖੰਡ ਪਾਠ ਸਾਹਿਬ ਦੇ ਵਿੱਚ ਰੌਲਾਂ ਲਗਾਈਆਂ ਨੇ, ਸੁਣਿਆ ਬੜੀ ਇਕਾਗਰਤਾ ਦੇ ਨਾਲ, ਉਹਨਾਂ ਦੇ ਦੇਖਣ ਦੇ ਵਿੱਚ ਸੁਣਨ ਦੇ ਵਿੱਚ ਆਇਆ ਹੋਵੇਗਾ ਪਰਮਾਤਮਾ ਦਾ ਨਾਮ ਬੇਡੀ, ਬੱਬੇ ਨੂੰ ਲਾਂ, ਢੱਡੇ ਨੂੰ ਵਿਹਾਰੀ, ਬੇਡੀ। ਜੇ ਤੁਸੀਂ ਈ ਗੁਰਬਾਣੀ ਦੇ ਵਿੱਚ ਇਹ ਸ਼ਬਦ ਭਰੋ, ਕਿਉਂਕਿ ਉਹਦੇ ਵਿੱਚ ਇਹ ਸਹੂਲਤ ਹੈ ਵੀ ਤੁਸੀਂ ਸ਼ਬਦ ਦੇ ਨਾਲ ਵੀ ਅਤੇ ਦੂਸਰੋਂ ਅੱਖਰ ਭਰ ਕੇ ਵੀ ਕੱਢ ਸਕਦੇ ਹੋ। ਜੇ ਤੁਸੀਂ ਬੇਡੀ ਭਰੋ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਵੀ ਇਹ ਸ਼ਬਦ 8 ਵਾਰੀ ਆਇਆ ਹੈ ਗੁਰਬਾਣੀ ਦੇ ਵਿੱਚ, ਔਰ ਇੱਕੋ ਸ਼ਬਦ ਦੇ ਵਿੱਚ ਆਇਆ ਹੈ, ਇੱਕੋ ਰਾਗ ਦੇ ਵਿੱਚ ਆਇਆ, ਸੋਰਠ ਰਾਗ ਦੇ ਵਿੱਚ, ਰਾਗ ਸੋਰਠ ਹੈ। ਇਹਦੇ ਵਾਸਤੇ ਤੁਸੀਂ ਈ ਗੁਰਬਾਣੀ ਦੇ ਵਿੱਚ ਬੇਡੀ ਭਰੋਂਗੇ, 8 ਰਿਜ਼ਲਟ ਨਿਕਲਣਗੇ। ਜੇ ਤੁਸੀਂ ਆਈ ਗ੍ਰੰਥ ਦੇ ਵਿੱਚ ਕੱਢੋ, ਪੱਪਾ 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 ਲੱਲਾ ਅਤੇ ਨੰਨਾ, ਤੁਹਾਡੇ ਸਾਹਮਣੇ
ਸ਼ਬਦ ਨਿਕਲੇਗਾ ਪਾੜ ਪੜੋਸਣ ਪੂਛ ਲੈ ਨਾਮਾ ਕਾ ਪਹਿਛਾਣ ਚਵਾਈ ਹੋ। ਰਾਗ ਸੋਰਠ ਦਾ ਤੁਹਾਡੇ ਸਾਹਮਣੇ ਸ਼ਬਦ ਨਿਕਲੇਗਾ ਔਰ ਇਹ ਸ਼ਬਦ ਜਿਹਦੇ ਵਿੱਚ ਬੇਡੀ ਪਰਮਾਤਮਾ ਨੂੰ ਕਿਹਾ ਗਿਆ ਹੈ, ਨਾਮਦੇਵ ਜੀ ਨੇ ਉਚਾਰਨ ਕੀਤਾ ਔਰ ਪਰਮਾਤਮਾ ਨੂੰ ਨਾਮ ਦਿੱਤਾ ਬੇਡੀ। 657 ਅੰਗ ਦੇ ਉੱਪਰ ਹੈ ਪਰਮਾਤਮਾ ਦੇ ਅਨੰਤ ਨਾਮਾਂ ਦੇ ਵਿੱਚੋਂ ਇੱਕ ਨਾਮ। ਔਰ ਇਹਦੀ ਖਾਸੀਅਤ ਇਹ ਕੇਵਲ ਭਗਤ ਨਾਮਦੇਵ ਜੀ ਉਹ ਪਰਮਾਤਮਾ ਨੂੰ ਆਖਦੇ ਨੇ। ਹੋਰ ਗੁਰਬਾਣੀ ਦੇ ਵਿੱਚ ਕਿਧਰੇ ਵੀ ਬੇਡੀ ਸ਼ਬਦ ਨਹੀਂ ਮਿਲੇਗਾ। ਹੁਣ ਜੇ ਬੇਡੀ ਦੇ ਅਰਥ ਹੁਣ ਫਿਰ ਸਟੀਕ ਵੀ ਹੈਗੇ ਨੇ, ਪ੍ਰੋਫੈਸਰ ਸਾਹਿਬ ਸਿੰਘ ਵੀ ਹੈਗੇ ਨੇ ਗੁਰਬਾਣੀ ਪਾਠ ਦਰਪਣ, ਉਹਨਾਂ ਦੇ ਜੇ ਆਪਾਂ ਤੁਸੀਂ ਆਈ ਗ੍ਰੰਥ ਕੱਢੋਗੇ ਤਾਂ ਉਹਨਾਂ ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਦੇ ਹੀ ਅਰਥ ਨੇ। ਉਹ ਬੇਡੀ ਦਾ ਅਰਥ ਕਰਦੇ ਨੇ ਤਰਖਾਣ, ਕਿਉਂਕਿ ਸਾਰਾ ਸ਼ਬਦ ਪੜੋਸਣ ਪੁੱਛ ਰਹੀ ਹੈ ਵੀ ਛੰਨ ਕਿਹਦੇ ਕੋਲੋਂ ਬਣਾਈ ਹੈ। ਨਾਮਦੇਵ ਜੀ ਜਵਾਬ ਦਿੰਦੇ ਨੇ, ਹੁਣ ਉਹ ਨਾਮ ਸ਼ਬਦਾਂ ਦੇ ਆਧਾਰ 'ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਹੜਾ ਸ਼ਬਦ ਕੀਤਾ ਬੇਡੀ ਦਾ ਅਰਥ ਤਰਖਾਣ। ਫਿਰ ਭਾਈ ਕਾਨ ਸਿੰਘ ਨਾਭਾ ਵੀ ਨੇ, ਉਹਨਾਂ ਦੇ ਵੀ ਮਹਾਨ ਕੋਸ਼ ਹੈ ਔਰ ਉਹ ਵੀ ਆਪਣੇ ਮਹਾਨ ਕੋਸ਼ ਦੇ ਵਿੱਚ ਬੇਡੀ ਦਾ ਅਰਥ ਕਰਦੇ ਨੇ। ਜੇ ਆਪਾਂ ਉੱਥੇ ਵੀ ਸਰਚ ਕਰਾਂਗੇ ਤਾਂ ਉਹ ਨਾਮ ਨਿਕਲਦਾ ਰੱਸੀਆਂ ਦੇ ਨਾਲ ਕਾਫੂਸ ਨੂੰ ਲਪੇਟ ਕੇ ਛੰਨ ਰਚਣ ਵਾਲਾ ਕਾਰੀਗਰ, ਉਹ ਇਹਦੇ ਅਰਥ ਕਰਦੇ ਨੇ ਕਾਰੀਗਰ ਬੇਡੀ ਦੇ। ਭਾਈ ਕਾਨ ਸਿੰਘ ਨਾਭਾ ਵੀ ਜੋ ਵੇਸਟਨ ਕਰੇ ਬੇਡੀ ਦੇ ਅਰਥ ਉਹ ਇਹ ਕਰਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਵੀ ਮਹਾਨ ਨੇ ਜਿਨ੍ਹਾਂ ਨੇ ਗੁਰਬਾਣੀ ਪਾਠ ਦਰਪਣ ਸਟੀਕ ਕੀਤਾ, ਭਾਈ ਕਾਨ ਸਿੰਘ ਨਾਭਾ ਵੀ ਮਹਾਨ ਨੇ, 20 ਸਾਲ ਲਗਾਏ ਨੇ। ਪਰ ਇਹ ਉਹਨਾਂ ਦੀ ਵਿਦਵਤਾ ਦੇ ਉੱਪਰ, ਜਿੰਨੀ ਉਹਨਾਂ ਦੀ ਮਤ ਸੀ ਜਾਂ ਜਿੰਨੀ ਗੁਰੂ ਨੇ ਉਹਨਾਂ 'ਤੇ ਕਿਰਪਾ ਕੀਤੀ ਉਹਦੇ ਮੁਤਾਬਕ ਉਹਨਾਂ ਨੇ ਅਰਥ ਕੀਤੇ ਨੇ, ਪਰ ਉਹਨਾਂ 'ਤੇ ਸਵਾਲ ਖੜ੍ਹਾ ਹੋ ਸਕਦਾ। ਔਰ ਜਿੰਨੀ ਦੇਰ ਤੱਕ ਸਹੀ ਜਵਾਬ ਨਾ ਮਿਲੇ ਸਵਾਲ ਲਾਜ਼ਮੀ ਖੜ੍ਹਾ ਹੁੰਦਾ ਵੀ ਉਹ ਬੇਡੀ ਦੇ ਅਰਥ ਤਰਖਾਣ ਕਰਦੇ ਨੇ ਕਾਰੀਗਰ ਕਰਦੇ ਨੇ। ਹੁਣ ਜੇ ਕੋਈ ਮਨੁੱਖ ਉਹ ਸਵਾਲ ਕਰੇ ਵੀ ਤੁਹਾਡੇ, ਹੁਣ ਹਰੇਕ ਮਨੁੱਖ ਆਪਣੇ ਮਕਾਨ ਬਣਾਉਂਦਾ, ਹਰੇਕ ਮਨੁੱਖ ਮਕਾਨ ਦੇ ਵਿੱਚ ਫਿਰ ਕਾਰੀਗਰ ਵੀ ਬੁਲਾਉਂਦਾ, ਉਹ ਫਿਰ ਉਹਨੂੰ ਲੱਕੜ ਦਾ ਕੰਮ ਕਰਾਵੇ ਤਰਖਾਣ ਕਹਿੰਦਾ, ਕਾਰੀਗਰ ਕਹਿੰਦਾ, ਮਿਸਤਰੀ ਕਹਿੰਦਾ। ਜੇ ਬੇਡੀ ਦੇ ਅਰਥ ਤਰਖਾਣ ਨੇ, ਤਰਖਾਣ ਦੇ ਅਰਥ ਬੇਡੀ ਨੇ, ਫਿਰ ਘਰਾਂ ਦੇ ਵਿੱਚ ਅਸੀਂ ਤਾਂ ਘਰ ਬਣਾਉਣ ਵਾਲਿਆਂ ਨੂੰ ਬੇਡੀ ਕਹਿੰਦੇ ਹੀ ਨਹੀਂ ਹੈ, ਨਾ ਅਸੀਂ ਲੱਕੜ ਦਾ ਕੰਮ ਕਰਨ ਵਾਲਿਆਂ ਨੂੰ ਬੇਡੀ ਕਹਿੰਦੇ, ਅਸੀਂ ਤਾਂ ਬੇਡੀ ਸ਼ਬਦ ਵਰਤਦੇ ਹੀ ਨਹੀਂ ਹੈ। ਔਰ ਇਹ ਨਹੀਂ ਕਿ ਕੋਈ ਉਹਨਾਂ ਸਮਿਆਂ ਦਾ ਹੈ, ਪਰਮਾਤਮਾ ਦੇ ਵਾਸਤੇ ਵਰਤਿਆ ਗਿਆ, ਭਗਤ ਨਾਮਦੇਵ ਜੀ ਵਰਤਦੇ ਨੇ ਵੀ ਅਸੀਂ ਤਾਂ ਕਹਿੰਦੇ ਹੀ ਨਹੀਂ ਹੈ। ਪਹਿਲਾ ਸਵਾਲ ਤਾਂ ਇਹ ਹੈ ਵੀ ਅਸੀਂ ਤਰਖਾਣ ਨੂੰ ਬੇਡੀ ਕਿਉਂ ਨਹੀਂ ਕਹਿੰਦੇ, ਫਿਰ ਦੂਸਰਾ ਸਵਾਲ ਇਹ ਹੈ ਵੀ ਭਗਤ ਨਾਮਦੇਵ ਜੀ ਕਿਉਂ ਕਹਿੰਦੇ ਨੇ। ਇਹਦੇ ਅਰਥ ਨੇ ਤਰਖਾਣ ਠੀਕ ਹੈ, ਉਹਨਾਂ ਨੇ ਕੀਤਾ ਹੈ ਅਰਥ, ਕਾਰੀਗਰ ਵੀ ਠੀਕ ਹੈ, ਪਰ ਜਿਹੜੇ ਸਹੀ ਤੀਸਰੇ ਅਰਥ ਨੇ ਉਹ ਹੈ ਬੇਡੀ
ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਰਾਮ ਦੇ ਕਰਦੇ। ਇਹ ਸੰਖੇਪ ਸ਼ੈਲੀ ਹੈ। ਸੰਖੇਪ ਦਾ ਮਤਲਬ ਹੈ ਜਿਵੇਂ ਦੀ UK ਹੈ, ਯੂਨਾਈਟਿਡ ਕਿੰਗਡਮ ਨੂੰ ਤੁਸੀਂ UK ਲਿਖਤਾ, ਇਵੇਂ ਪਰਮਾਤਮਾ ਦੇ ਵੱਡੇ ਨਾਮ ਨੂੰ ਤੁਸੀਂ ਬੇਟੀ ਲਿਖਤਾ। ਹੁਣ ਉਹਦੀ ਜੇ ਤੁਸੀਂ ਪੂਰੀ ਖੋਲੋਗੇ ਤਾਂ ਜਿਹੜਾ ਬੱਬਾ ਹੈਗਾ ਉਹ ਹੈਗਾ ਬਣਾਉਣ ਵਾਲਾ, ਬਣਾਉਣਾ। ਬਣਾਉਣਾ ਅਤੇ ਜਿਹੜਾ ਢੱਡਾ ਹੈਗਾ ਬਣਾਉਣਾ, ਢੱਡਾ ਹੈਗਾ ਢਾਉਣ ਵਾਲਾ, ਢਾਉਣ ਵਾਲਾ। ਬੇਡੀ ਦੇ ਅਰਥ ਨੇ ਬਣਾਉਣ, ਢਾਉਣ ਵਾਲਾ ਹਰ ਵੇਲੇ, ਇਹ ਅਰਥ ਨੇ ਵੀ ਹੇ ਪਰਮਾਤਮਾ ਤੂੰ ਹਰ ਵੇਲੇ ਬਣਾ ਵੀ ਰਿਹਾ ਅਤੇ ਢਾ ਵੀ ਰਿਹਾ। ਜਿਹਨੂੰ ਗੁਰਬਾਣੀ ਕਹਿੰਦੀ ਹੈ ਆਪ ਉਪਾਵਣ ਹਾਰ, ਆਪ ਉਪਾਵਣ ਹਾਰ ਆਪੇ ਹੀ ਮਾਰਦਾ। ਤੁਸੀਂ 518 ਅੰਗ 'ਤੇ ਜਾ ਕੇ ਇਹ ਪੜ੍ਹ ਸਕਦੇ ਹੋ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਜਰੀ ਰਾਗ ਦੇ ਵਿੱਚ ਹੈ ਵੀ ਉਹ ਆਪ ਹੀ ਹਰ ਵੇਲੇ ਬਣਾ ਰਿਹਾ, ਆਪੇ ਹੀ ਮਾਰਦਾ। ਬਣਾਉਣ ਵਾਲਾ ਵੀ ਉਹੀ ਹੈ, ਢਾਉਣ ਵਾਲਾ ਵੀ ਉਹੀ ਹੈ। ਪਰ ਜਦੋਂ ਅਸੀਂ ਸ਼ਬਦ ਨੂੰ ਪੂਰੀ ਤਰ੍ਹਾਂ ਦੇ ਨਾਲ ਨਹੀਂ ਖੋਲ੍ਹਦੇ, ਫਿਰ ਜਿਵੇਂ ਦੀ ਪਿੱਛੇ ਜੇ ਇੱਕ ਅਜੋਕੇ ਅਚੇਤ ਭੁੱਲੇ ਹੋਏ ਪ੍ਰਚਾਰਕ ਨੇ ਇਹ ਆਖਿਆ ਸੀ ਵੀ ਮਨੁੱਖ ਹੀ ਮਾਰਦਾ, ਮਨੁੱਖ ਆਪਣੀ ਮੌਤ ਦਾ ਸਮਾਂ ਆਪ ਲਿਖਦਾ, ਕੋਈ ਰੱਬ ਨਹੀਂ ਲਿਖਦਾ, ਫਿਰ ਉਹਦੇ ਨਾਲ ਸਵਾਲ ਪੈਦਾ ਇਹ ਵੀ ਹੋਊਗਾ ਵੀ ਫਿਰ ਮਨੁੱਖ ਜੰਮ ਵੀ ਆਪਦੀ ਮਰਜ਼ੀ ਦੇ ਨਾਲ ਸਕਦਾ? ਫਿਰ ਤਾਂ ਸਾਰੇ ਮਨੁੱਖ ਅਮੀਰ ਘਰਾਣਿਆਂ ਦੇ ਵਿੱਚ, ਵਿਦਵਾਨਾਂ ਦੇ ਘਰਾਂ ਦੇ ਵਿੱਚ ਸੁੰਦਰ ਸਰੂਪ ਲੈ ਕੇ, ਸਾਰੇ ਗੁਣ ਲੈ ਕੇ ਜੰਮਣ? ਫਿਰ ਜੇ ਮਰਨਾ ਆਪਦੇ ਹੱਥ 'ਚ ਹੈ ਫਿਰ ਜੰਮਣਾ ਵੀ ਆਪਦੇ ਹੱਥ 'ਚ ਹੋਊਗਾ, ਕਿਉਂਕਿ ਦੋਨੋਂ ਬਣਾਉਣਾ ਵੀ ਹੈ ਅਤੇ ਢਾਉਣਾ ਵੀ, ਦੋ ਕੰਮ ਕਰਦਾ। ਮਿਸਤਰੀ ਕੇਵਲ ਬਣਾਉਂਦਾ, ਜਿਹੜੇ ਆਪਣੇ ਘਰਾਂ ਦੇ ਵਿੱਚ ਆਪ ਘਰ ਢਹਿ ਜਾਂਦੇ ਨੇ ਜਾਂ ਆਮ ਕੋਈ ਦਿਹਾੜੀਆ ਲਗਾ ਕੇ ਮਨੁੱਖ ਢਹਾ ਲੈਂਦੇ ਨੇ, ਬਣਾਉਣ ਵਾਸਤੇ ਕਾਰੀਗਰ ਲਾਉਣਾ ਪੈਂਦਾ। ਉਹ ਬਣਾਉਂਦਾ ਵੀ ਆਪ ਹੈ ਅਤੇ ਢਾਉਂਦਾ ਵੀ ਆਪ ਹੈ। ਆਪ ਉਪਾਵਣ ਹਾਰ, ਹਰ ਸਮੇਂ ਸਾਰਿਆਂ ਨੂੰ ਬਣਾ ਰਿਹਾ, ਸਾਰਿਆਂ ਨੂੰ ਢਾ ਰਿਹਾ, ਆਪੇ ਹੀ ਮਾਰਦਾ, ਆਪ ਹੀ ਸਾਰਿਆਂ ਨੂੰ ਮਾਰਨ ਵਾਲਾ ਹੈ। ਇਹ ਬੇਡੀ ਦੇ ਅਰਥ ਨੇ। ਕੇਵਲ ਭਗਤ ਨਾਮਦੇਵ ਜੀ ਵਰਤਦੇ ਨੇ ਗੁਰਬਾਣੀ ਦੇ ਵਿੱਚ 8 ਵਾਰ ਇੱਕੋ ਸ਼ਬਦ, ਉਹਦੇ ਵਿੱਚ 8 ਵਾਰ ਜ਼ਿਕਰ ਹੈ, ਹੋਰ ਕਿਧਰੇ ਵੀ ਨਹੀਂ ਹੈ। ਜੋ ਅਰਥ ਇਹ ਪ੍ਰੋਫੈਸਰ ਸਾਹਿਬ ਸਿੰਘ ਦੇ ਨੇ, ਇਹ ਭਾਈ ਕਾਨ ਸਿੰਘ ਨਾਭਾ ਦੇ ਨੇ, ਪਰ ਇਹ ਸ਼ਬਦ ਤੁਸੀਂ ਅੱਖਰਾਂ ਦੇ ਅਨੁਸਾਰ ਦੇਖੋਗੇ ਤਾਂ ਇਹ ਅਰਥ ਬਣਨਗੇ। ਇੱਕ ਪਰਮਾਤਮਾ ਦਾ ਹੋਰ ਵੀ ਨਾਮ ਹੈ ਜਿਹਦਾ ਬਹੁਤ ਜ਼ਿਕਰ ਹੈ, ਔਰ ਤੁਸੀਂ ਉਹ ਵੀ ਉਹਦੇ ਬਾਰੇ ਵੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਵੀ ਇੰਨਾ ਗੁਰਬਾਣੀ ਇੰਨੀ ਮਹਿੰਗੀ ਨਹੀਂ ਹੈ। ਜੇ ਸਹੀ ਤਰੀਕੇ ਦੇ ਨਾਲ ਸਮਝਾਈ ਜਾਵੇ ਅਤੇ ਪੜ੍ਹੀ ਜਾਵੇ, ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਮ ਸ਼ਬਦ ਦੇ ਕੀਤੇ ਨੇ, ਉਸੇ ਆਧਾਰ 'ਤੇ, ਸੰਖੇਪ ਸ਼ੈਲੀ ਦੇ ਆਧਾਰ 'ਤੇ ਜੇ ਅਰਥ ਕਰੀਏ
ਤਾਂ ਇੱਕ ਸ਼ਬਦ ਹੈ ਪਰਮਾਤਮਾ ਦਾ ਨਾਮ ਹੈ ਨਾ ਹਾ ਹਾ ਇਸ ਤਰ੍ਹਾਂ ਦੇ ਨਾਲ। ਇਹ ਤੀਸਰੇ ਨਾਮ ਦੀ ਵਿਆਖਿਆ, ਪਹਿਲਾਂ ਰਾਮ ਦੇ ਸ਼ਬਦ ਦੀ ਵਿਆਖਿਆ ਕੀਤੀ ਸੀ, ਫਿਰ ਬੇਡੀ ਦੀ, ਹੁਣ ਨਾ ਹਾ ਸ਼ਬਦ ਦੀ। ਜੇ ਤੁਸੀਂ ਈ ਗੁਰਬਾਣੀ ਦੇ ਵਿੱਚ ਨਾ ਸ਼ਬਦ ਭਰੋਂਗੇ, ਗੁਰਬਾਣੀ ਸਰਚ ਦੇ ਵਿੱਚ ਜਾ ਕੇ ਸ਼ਬਦ ਭਰੋਂਗੇ ਨਾ, ਤੇ ਤੁਹਾਨੂੰ ਮਿਲਣਗੇ ਉੱਥੇ ਪਤਾ ਉੱਤੇ ਲਿਖਿਆ ਆਏਗਾ ਵੀ 55 ਰਿਜ਼ਲਟ ਨੇ, 55 ਪੰਕਤੀਆਂ ਨੇ ਗੁਰਬਾਣੀ ਦੇ ਵਿੱਚ, ਜਿਨ੍ਹਾਂ ਦੇ ਵਿੱਚ ਆਹ ਸ਼ਬਦ ਹੈ, ਹੈ ਪਰਮਾਤਮਾ ਦਾ ਨਾਮ। ਔਰ 12 ਮਾਹ ਦੇ ਵਿੱਚ ਵੀ ਪੜ੍ਹਦੇ ਹਾਂ ਆਪਾਂ ਇਸ ਨੂੰ, ਹਰ ਮਹੀਨੇ ਹਰ ਨਾਹ ਨਾ ਪਾਈਏ ਸਾਜਨਾ ਆਰੰਭ ਦੇ ਵਿੱਚ ਹੀ ਹੈ। ਆਰੰਭ ਹੁੰਦਾ ਕਿਰਤ ਕਰਮ ਕੇ ਵਿਛੜੇ, ਤੇ ਅੱਗੇ ਆਉਂਦਾ ਹਰ ਨਾਹ ਨਾ ਪਾਈਏ ਸਾਜਨਾ, ਹਰ ਨਾਹ ਨਾ ਮਿਲੀਏ ਸਾਜਨਾ, ਕਤ ਪਾਈਏ ਵਿਸਰਾਮ। ਮੈਂ 2-3 ਪੰਕਤੀਆਂ ਤੁਹਾਨੂੰ ਲਿਖ ਕੇ ਦਿਖਾ ਰਿਹਾ ਵੀ ਇਹ ਸ਼ਬਦ ਤੁਸੀਂ ਬਹੁਤ ਵਾਰ ਪੜ੍ਹਿਆ ਹੋਣਾ, ਕਤ ਪਾਈਏ ਵਿਸਰਾਮ। ਇਹ 12 ਮਾਹ ਦੀ ਪੰਕਤੀ ਹੈ ਜਿਹਦੇ ਵਿੱਚ ਇਹ ਪਰਮਾਤਮਾ ਦਾ ਨਾਮ, 55 ਪੰਕਤੀਆਂ ਦੇ ਵਿੱਚ ਇਹ ਸ਼ਬਦ ਹੈ। ਹੋਰ ਵੀ ਪੰਕਤੀਆਂ ਨੇ, ਸੁਣ ਨਾ ਹਾਂ ਪ੍ਰਭੂ ਜੀਓ, ਮੈਂ 2 ਤੁਹਾਨੂੰ ਲਿਖ ਕੇ ਦੱਸ ਰਿਹਾ ਤਾਂ ਕਿ ਤੁਹਾਨੂੰ ਇਹ ਸ਼ਬਦ ਤੁਹਾਡੇ ਜ਼ਿਹਨ ਦੇ ਵਿੱਚ ਆ ਜਾਏ, ਤੁਹਾਡੀ ਸਿਮਰਤੀ ਦੇ ਵਿੱਚ ਆ ਜਾਏ ਵੀ ਅਸੀਂ ਬਹੁਤ ਵਾਰ ਸੁਣਿਆ ਪਰਮਾਤਮਾ ਦਾ ਨਾਮ ਹੈ, ਪਰ ਇਹਦੇ ਅਰਥ ਕੀ ਨੇ। ਹੁਣ ਪਰਮਾਤਮਾ ਨੂੰ ਨਾ ਵੀ ਕਹਿਣਾ, ਇੱਕ ਲੜੀ ਬਨਮਾ ਹੈ। ਹੁਣ ਇਹ ਸ਼ਬਦ ਦੇ ਅਰਥ ਆਪਾਂ ਪ੍ਰੋਫੈਸਰ ਸਾਹਿਬ ਸਿੰਘ ਦੇ ਵੀ ਕੱਢਦੇ ਹਾਂ ਵੀ ਉਹਨਾਂ ਨੇ ਜਿਹੜੇ ਅਰਥ ਕੀਤੇ ਨੇ, ਉਹਨਾਂ ਦੇ ਹਰ ਨਾਹ ਨਾ ਮਿਲੀਏ ਸਾਜਨਾ, ਹਰ ਨਾਹ ਨਾ ਮਿਲੀਏ ਸਾਜਨਾ। ਨਾਹ ਦਾ ਅਰਥ ਖਸਮ, ਇਹ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਨੇ। ਖਸਮ ਇਹ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਨੇ। ਹੁਣ ਭਾਈ ਕਾਨ ਸਿੰਘ ਨਾਭਾ ਵੀ ਨੇ ਮੰਨਿਆ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਸਟੀਕ ਨਹੀਂ ਕੀਤਾ, ਪਰ ਮਹਾਨ ਕੋਸ਼ ਲਿਖਿਆ ਉਹਨਾਂ ਦੇ ਵਿੱਚ ਉਹਨਾਂ ਨੇ ਸ਼ਬਦਾਂ ਦੇ ਅਰਥ ਕੀਤੇ ਨੇ। ਹੁਣ ਉਹਨਾਂ ਦੇ ਅਰਥ ਵੀ ਦੇਖਦੇ ਹਾਂ ਵੀ ਉਹ ਕੀ ਨਾਹ ਦੇ ਅਰਥ ਉਹਨਾਂ ਨੇ ਕੀਤੇ ਨੇ। ਨਾਥ, ਸੁਆਮੀ, ਉਹਨਾਂ ਨੇ 3 ਅਰਥ ਕੀਤੇ ਨੇ, ਸੁਆਮੀ ਤੇ ਪਤ। ਹੁਣ ਪਰ ਜਿਹੜਾ ਸਵਾਲ ਖੜਾ ਹੁੰਦਾ ਵੀ ਅਸੀਂ ਹੁਣ ਇਸਤਰੀ ਹੈ ਉਹ ਆਪਣੇ ਪਤੀ ਨੂੰ ਕਦੀ ਨਾ ਨਹੀਂ ਕਹਿੰਦੀ, ਠੀਕ ਹੈ ਪਰਮਾਤਮਾ ਦੇ ਵਾਸਤੇ ਹੀ ਹੈ, ਖਸਮ ਵੀ ਹੈ, ਸੁਆਮੀ ਵੀ ਹੈ, ਨਾਥ ਵੀ ਹੈ, ਪਰ ਇਸਤਰੀ ਕਦੇ ਆਪਣੇ ਪਤੀ ਨੂੰ ਨਾ ਨਹੀਂ ਕਹਿੰਦੀ।
ਫਿਰ ਇਹਦੇ ਕੀ ਅਰਥ ਨੇ? ਇਹ ਸੰਖੇਪ ਸ਼ੈਲੀ ਹੈ, ਇਹ ਪੂਰਾ ਸ਼ਬਦ ਹੈ ਸਭਨਾ ਹੁਕਮ। ਇਹ ਇੱਥੋਂ ਨੰਨਾ ਲਿਆ, ਇੱਥੋਂ ਹਾਹਾ ਲਿਆ, ਦੋ ਸ਼ਬਦਾਂ ਨੂੰ ਜੋੜ ਕੇ ਵੀ ਉਹ ਪਰਮਾਤਮਾ ਜਿਹਦਾ ਹੁਕਮ ਸਾਰਿਆਂ ਦੇ ਉੱਪਰ ਚੱਲਦਾ, ਉਹ ਪਰਮਾ ਉਹਨੂੰ ਕਹਿੰਦੇ ਨੇ ਨਾਹ। ਹਰ ਨਾਹ ਨਾ ਮਿਲੀਏ ਸਾਜਨਾ, ਹਰੀ ਸਭਨਾ ਹੁਕਮ ਜਿਹਦੇ ਉੱਤੇ ਸਾਰਿਆਂ ਦਾ ਹੁਕਮ ਚੱਲਦਾ, ਨਾ ਮਿਲੀਏ ਸਾਜਨਾ, ਜਿੰਨੀ ਦੇਰ ਤਾਈਂ ਉਹ ਨਹੀਂ ਮਿਲਿਆ ਕੱਤ ਪਾਈਏ ਵਿਸ਼ਰਾਮ, ਤੂੰ ਕਿੱਥੇ ਆਰਾਮ ਕਰ ਸਕਦਾ। ਸੁਣ ਨਾਹ ਪ੍ਰਭੂ ਜੀਓ, ਸੁਣ ਸਭਨਾ ਹੁਕਮ ਚਲਾਉਣ ਵਾਲੇ ਪਰਮਾਤਮਾ ਜੀਓ, ਏਕਲੜੀ ਬਨ ਮਾਹੇ, ਮੈਂ ਜੰਗਲ ਦੇ ਵਿੱਚ ਬਿਲਕੁਲ ਇਕੱਲੀ ਹਾਂ। ਪਰਮਾਤਮਾ ਦਾ ਨਾਮ ਹੈ ਨਾਹ, ਇਹਦੇ ਅਰਥ ਨੇ ਸਭਨਾ ਹੁਕਮ, ਨਾਹ ਸੰਖੇਪ ਸ਼ੈਲੀ ਦੇ ਨਾਲ। ਖਸਮ ਨਾਥ ਸਵਾਮੀ ਪਤ, ਪਰ ਜੋ ਸੰਖੇਪ ਸ਼ੈਲੀ ਦੇ ਨਾਲ ਅਰਥ ਨੇ ਉਹਨੇ ਸਭਨਾ ਹੁਕਮ। ਤਿੰਨ ਪਰਮਾਤਮਾ ਦੇ ਨਾਮਾਂ ਦਾ ਆਪਾਂ ਨੇ ਜ਼ਿਕਰ ਕੀਤਾ, ਹੁਣ ਦੋ ਆਪਣੇ ਘਰ ਦੇ ਵਿੱਚ ਰਹਿਣ ਵਾਲੇ ਜਾਨਵਰਾਂ ਦਾ ਜ਼ਿਕਰ ਕਰਨਾ, ਪਰ ਉਹਨਾਂ ਦੀ ਵਿਲੱਖਣਤਾ ਨੂੰ ਵੀ ਦੇਖਣਾ। ਹੁਣੇ ਉਹਦੇ ਵੀ ਉਹ ਜਿਹੜੀ ਚੀਜ਼ ਹੈ, ਘਰ ਦੇ ਵਿੱਚ ਰਹਿਣ ਵਾਲਾ ਜਾਨਵਰ ਹੈ ਕੁੱਤਾ, ਇਹਦਾ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ। ਤੁਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇਹ ਅਕਸਰ ਹੀ ਸੁਣਿਆ ਹੋਣਾ, ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ। ਇਸ ਤਰ੍ਹਾਂ ਦੇ ਨਾਲ ਵੀ ਕੁੱਤਾ, ਹੁਣ ਜੇ ਇਹ ਜਿਹੜਾ ਸ਼ਬਦ ਹੈ, ਪਹਿਲਾਂ ਤਾਂ ਇਹ ਦੇਖ ਲਈ ਵੀ ਇਹ ਗੁਰਬਾਣੀ ਦੇ ਵਿੱਚ ਕਿੰਨੇ ਵਾਰ ਆਇਆ ਕੁੱਤਾ। ਅੰਤਰ ਲੋਭ ਭੌਂਕੈ ਜਿਸ ਕੁੱਤਾ, ਇਹਦੇ 11 ਰਿਜ਼ਲਟ ਨੇ ਵੀ 11 ਵਾਰ ਇਹ ਹੈਗਾ ਇਸੇ ਰੂਪ ਦੇ ਵਿੱਚ ਹੈ ਕੁੱਤਾ। ਲਭ ਕੁੱਤਾ, ਲੋਭ ਨੂੰ ਕੁੱਤਾ ਕਹਿਣਾ, ਸਾਡੇ ਕੋਲ ਜਾਨਵਰ ਹੈ, ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚਿੱਟੈ, ਇਹ ਵੀ ਭਾਈ ਗੁਰਦਾਸ ਜੀ ਦੀ ਵਾਰ ਹੈ, ਸੰਗਤਾਂ ਨੂੰ ਯਾਦ ਹੈ ਕੁੱਤਾ ਰਾਜ ਹੈ ਫਿਰ ਚੱਕੀ ਚੱਟੈ। ਇਹ ਵਾਰ ਰਾਗੀ ਸਿੰਘ ਗਾਇਨ ਕਰਦੇ ਨੇ, ਔਰ ਅਕਸਰ ਹੀ ਅਸੀਂ ਇਹ ਸ਼ਬਦ ਵਰਤਦੇ ਹਾਂ, ਸੁਣਦੇ ਹਾਂ, ਘਰਾਂ ਦੇ ਵਿੱਚ ਜਾਨਵਰ ਨੇ। ਹੁਣ ਕੁੱਤੇ ਸ਼ਬਦ ਦੀ ਜਿਹੜੀ ਵਿਆਖਿਆ ਹੈ ਵੀ ਉਹਦਾ ਨਾਮ ਕੁੱਤਾ ਹੀ ਕਿਉਂ ਹੈ ਸੰਖੇਪ ਸ਼ੈਲੀ ਦੇ ਨਾਲ? ਜਿਹੜਾ ਕੱਕਾ ਇਹ ਕੱਟਣ ਦਾ ਵੀ ਉਹ ਦੋ ਕੰਮ ਕਰਦਾ, ਜਾਂ ਤਾਂ ਕੱਟਦਾ ਅਤੇ ਜਾਂ ਫਿਰ ਚਾਟਤ ਚੱਟਦਾ। ਤੁਸੀਂ ਦੇਖਿਆ ਵੀ ਹੋਣਾ ਘਰਾਂ ਦੇ ਵਿੱਚ ਕੁੱਤੇ ਰੱਖੇ ਨੇ, ਉਹ ਜਾਂ ਤਾਂ ਕੱਟਦੇ ਨੇ ਅਤੇ ਜਾਂ ਚੱਟਦੇ ਨੇ। ਇਸ ਤਰ੍ਹਾਂ ਦੇ ਨਾਲ ਕੁੱਤਾ ਸ਼ਬਦ ਦੋ ਕਿਰਿਆਵਾਂ ਤੋਂ ਬਣਦਾ,
ਕੱਟਣ ਤੇ ਚੱਟਣ ਤੋਂ। ਇਹ ਚੀਜ਼ ਹੈ ਵੀ ਇੱਥੋਂ, ਔਰ ਇਹ ਭਾਈ ਗੁਰਦਾਸ ਜੀ ਨੇ ਬਕਾਇਦਾ ਕੁੱਤੇ ਦੀ ਵਿਆਖਿਆ ਕੀਤੀ ਹੈ। ਇਹ ਨਹੀਂ ਕਿ ਕੋਈ ਗੁਰਬਾਣੀ ਦੇ ਵਿੱਚ ਗੁਰਬਾਣੀ ਦੇ ਨਾਮਾਂ ਦੀ ਵਿਆਖਿਆ ਤੁਸੀਂ ਗਹਿਰਾਈ ਦੇ ਨਾਲ ਦੇਖੋਗੇ, ਵਾਰਾਂ ਦੇ ਵਿੱਚ ਬਹੁਤਾਤ ਦੇ ਵਿੱਚ ਸ਼ਬਦਾਂ ਦੀ ਵਿਆਖਿਆ ਸੰਖੇਪ ਸ਼ੈਲੀ ਦੇ ਵਿੱਚ। ਉਹਨਾਂ ਦਾ ਕਵਿਤ ਹੈ, ਉਹਦਾ ਨੰਬਰ ਹੈ 388। 675 ਦੇ ਕਰੀਬ ਕਵਿਤ ਨੇ, 388 ਨੰਬਰ ਕਵਿਤ ਕੱਢ ਕੇ ਕੋਈ ਦੇਖੇ। ਉਹਦੇ ਵਿੱਚ ਭਾਈ ਸਾਹਿਬ ਲਿਖਦੇ ਨੇ, ਕੂਕਰ ਕੇ ਚਾਟਤ ਕਲੇਵ ਰਹੇ ਜੋ ਲਾਗੈ ਛੋਤ, ਕਲੇਵ ਰਹੇ ਲਾਗੈ ਛੋਤ ਕਾਟਤ ਸਰੀਰ ਪੀਰ ਧੀਰ ਨਾ ਧਰਤ ਹੈ, ਧੀਰ ਨਾ ਧਰਤ ਹੈ। 388 ਨੰਬਰ ਕਵਿਤ ਆ ਤੱਤਾ ਚਾਟਤ ਦੈ ਅਤੇ ਕੱਕਾ ਕਾਟਤ ਦੈ। ਕੂਕਰ ਜਿਹੜਾ ਕੱਟਦੈ ਅਤੇ ਚੱਟਦੈ। ਫਿਰ ਇੱਕ ਗੁਰਬਾਣੀ ਦੇ ਵਿੱਚ ਹੋਰ ਨਾਮ ਹੈ ਸਵਾਨ, ਇਹ ਵੀ ਹੁਣ ਕੁੱਤੇ ਦਾ ਹੀ ਨਾਮ ਹੈ। ਸਵਾਨ, ਇਹ ਠੀਕ ਹੈ, ਅਸੀਂ ਲੋਕ ਭਾਸ਼ਾ ਦੇ ਵਿੱਚ ਕੁੱਤਾ ਹੀ ਕਹਿੰਦੇ ਹਾਂ ਸਵਾਨ। ਗੁਰਬਾਣੀ ਦੇ ਵਿੱਚ ਜ਼ਿਕਰ ਹੈ, ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਲੋਕ ਜੋ ਭੋਗ ਦੇ ਸਮੇਂ ਪੜ੍ਹੇ ਜਾਂਦੇ ਨੇ, ਅਕਸਰ ਸੰਗਤਾਂ ਨੂੰ ਕੰਠ ਨੇ ਬੜੀ ਗਹਿਰਾਈ ਦੇ ਨਾਲ ਸੁਣਦੀਆਂ ਨੇ। ਸਵਾਮੀ ਕੋ ਗ੍ਰਹਿ ਸਦਾ ਜਿਉਂ ਸਵਾਨ ਤਜਤ ਨਹੀਂ ਨਿਤ। ਮੈਂ ਤੁਹਾਨੂੰ ਦੱਸਦਾ ਵੀ ਹਾਂ ਵੀ ਕਿਹੜਾ, ਸਵਾਮੀ ਕੋ ਗ੍ਰਹਿ ਸਦਾ ਜਿਉਂ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ। ਹਾਂ, 1428 ਅੰਗ ਹੈ, ਸਲੋਕ ਹੈ, ਸਲੋਕ ਨੇ 45ਵਾਂ ਨੰਬਰ ਸਲੋਕ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ, ਸਲੋਕ ਮਹੱਲਾ 9ਵਾਂ। ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਸਵਾਨ, ਸਵਾਨ ਦਾ ਅਰਥ ਕੁੱਤਾ। ਹੁਣ ਇਸ ਤਰ੍ਹਾਂ ਦੇ ਨਾਲ ਸਾਡੇ ਸ਼ਬਦ ਇਸ ਤਰ੍ਹਾਂ ਦੇ ਨਾਲ ਮਿਲਦੇ ਨੇ, ਇਸ ਤਰ੍ਹਾਂ ਦੇ ਨਾਲ ਨਹੀਂ। ਹੁਣ ਇਹਦੇ ਵਿੱਚ ਇਹ ਵੀ ਹੈ ਵੀ ਕੁੱਤੇ ਦੀ ਤੁਸੀਂ ਜੇ ਉਹਦੀ ਸ਼ਕਲ ਤੁਸੀਂ ਦੇਖ ਲਵੋ, ਫਿਰ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਯਾਦ ਆ ਜਾਂਦੇ ਨੇ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। ਇੱਕੋ ਮੂਰਤ ਦੇ ਵਿੱਚੋਂ ਅਨੇਕਤਾ ਦੇ ਦਰਸ਼ਨ ਹੁੰਦੇ ਨੇ ਸਾਰੀਆਂ ਮੂਰਤਾਂ ਦੇ ਵਿੱਚੋਂ, ਹੁਣ ਕੁੱਤਾ ਵੀ ਹੈ। ਜਦੋਂ ਤੁਸੀਂ ਕੱਟਣ ਅਤੇ ਚੱਟਣ ਵਾਲੇ ਪਾਸਿਓਂ ਦੇਖਿਆ, ਨਾਮ ਦਿੱਤਾ ਕੁੱਤਾ। ਹੁਣ ਸਵਾਨ ਦੇ ਅਰਥ ਕੁੱਤਾ ਦੇ ਕਰਤਾ ਦਿੱਤੇ ਨੇ, ਪਰ ਠੀਕ ਅਰਥ ਨਹੀਂ ਨੇ। ਦੇਖਣ ਨੂੰ ਲੱਗਦਾ ਵੀ ਇਹ ਵੀ ਹਾਂ ਹੈਗਾ ਤਾਂ ਕੁੱਤਾ ਹੀ ਹੈ, ਫਿਰ ਬੰਦਾ ਸਵਾਲ ਕਰ ਸਕਦਾ ਵੀ ਤੁਸੀਂ ਫਿਰ ਕੁੱਤਾ ਹੀ ਕਹੋ, ਸਵਾਨ ਕਿਉਂ ਕਹਿੰਦੇ ਹੋ? ਜੇ ਸਵਾਨ ਦੇ ਅਰਥ ਕੁੱਤਾ ਹੀ ਨੇ, ਫਿਰ ਤੁਸੀਂ
ਸਵਾਨ ਕਿਉਂ ਕਹਿੰਦੇ ਹਾਂ ਉਸ ਨੂੰ। ਹੁਣ ਇਹਦੇ ਉੱਤੇ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ। ਇਹ ਸਵਾਨ ਦੀ ਵਿਆਖਿਆ ਕਰਨ ਤੋਂ ਪਹਿਲਾਂ ਵੀ ਜੇ ਹੁਣ ਅਸੀਂ ਕਹੀਏ ਕਲਗੀਧਰ, ਇਹ ਵੀ ਬਣੇਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ, ਜੇ ਕਹੀਏ ਮਾਂ ਗੁਜਰੀ ਦੇ ਲਾਲ। ਮੈਂ ਤੁਹਾਨੂੰ ਇਸ ਵਾਸਤੇ ਲਿਖ ਕੇ ਦੱਸ ਰਿਹਾ ਤਾਂ ਕਿ ਤੁਹਾਨੂੰ ਇਹ ਪਤਾ ਚੱਲ ਜਾਏ ਵੀ ਕੋ ਚੀਜ਼ ਦੇ ਵੱਖ ਵੱਖ ਨਾਮ ਕਿਉਂ ਨੇ। ਹੁਣ ਜਵਾਬ ਤਾਂ ਇਹੀ ਆਵੇਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹੀ ਨਾਮ ਇਹੀ ਆਏਗਾ। ਜੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਰਜ਼ੰਦ ਕਹੀਏ, ਫਿਰ ਵੀ ਇਹੀ ਨਾਮ ਆਏਗਾ ਦੇ ਫਰਜ਼ੰਦ, ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜੇ ਖਾਲਸੇ ਦੇ ਸਾਜਨਾ ਕਰਨ ਵਾਲੇ, ਖਾਲਸੇ ਦੇ ਪਿਤਾ, ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜੇ ਦਸਮੇਸ਼ ਪਿਤਾ ਕਹੀਏ, ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਰ ਇਹ ਜਦੋਂ ਅਸੀਂ ਕਲਗੀਧਰ ਕਹਿੰਦੇ ਹਾਂ ਤੇ ਅਸੀਂ ਕਲਗੀ ਨੂੰ ਦੇਖ ਰਹੇ ਹਾਂ ਵਿੱਚ, ਉਹ ਕਲਗੀ ਸਜਾਉਣ ਵਾਲੇ। ਜਦੋਂ ਹੁਣ ਅਸੀਂ ਮਾਂ ਗੁਜਰੀ ਦੇ ਲਾਲ ਕਹਿੰਦੇ ਹਾਂ ਤੇ ਅਸੀਂ ਮਾਤਾ ਗੁਜਰੀ ਨੂੰ ਦੇਖ ਰਹੇ ਹਾਂ, ਉੱਧਰਲੇ ਪਾਸੇ ਤੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਰਹੇ ਹਾਂ, ਕਲਗੀ ਵਾਲੇ ਪਾਸੇ ਤੋਂ ਨਹੀਂ ਦੇਖ ਰਹੇ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਰਜ਼ੰਦ ਕਹੀਏ ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਰਹੇ ਹਾਂ। ਦੇਖ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਰਹੇ ਹਾਂ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇਖ ਰਹੇ ਹਾਂ। ਜੇ ਅਸੀਂ ਸਰਬੰਸ ਦਾਨੀ ਕਹੀਏ ਤਾਂ ਅਸੀਂ ਸਾਰੇ ਪਰਿਵਾਰ ਨੂੰ ਦੀ ਤਰਫੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਰਹੇ। ਇਸ ਤਰ੍ਹਾਂ ਦੇ ਨਾਲ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਨੇ, ਪਰ ਸਾਡੇ ਦੇਖਣ ਦਾ ਕਲਗੀ ਮਾਂ ਗੁਜਰੀ ਨੂੰ, ਮਾਤਾ ਗੁਜਰੀ ਜੀ ਨੂੰ ਦੇਖ ਰਹੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇਖ ਰਹੇ ਹਾਂ, ਦੇਖਣ ਦਾ ਫਰਕ ਪੈ ਜਾਂਦਾ। ਉਸੇ ਤਰ੍ਹਾਂ ਦੇ ਨਾਲ ਹੁਣ ਸਾਰੇ ਕਿਤੇ ਉਹੀ ਹੈ। ਇਹ ਤਾਂ ਮੈਂ ਤੁਹਾਡੇ ਸਾਹਮਣੇ ਉਦਾਹਰਨ ਰੱਖੀ ਸੀ ਤਾਂ ਕਿ ਵੱਖ ਵੱਖ ਨਾਮਾਂ ਦੀ। ਹੁਣ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਵਾਮੀ, ਉਹ ਸਵਾਨ ਕਹਿੰਦੇ ਨੇ ਔਰ ਇਹਦੇ ਅਰਥ ਕੀਤੇ ਜਾਂਦੇ ਨੇ ਕੁੱਤਾ, ਨਹੀਂ ਇਹਦੇ ਅਰਥ ਨੇ, ਸਵਾਨ ਦੇ ਅਰਥ ਨੇ ਸਵਾਮੀ, ਪਹਿਚਾਣ। ਪਹਿਚਾਣ ਹੈਗਾ ਤੇ ਕੁੱਤਾ ਹੀ ਹੈ, ਪਰ ਇਹ ਮਾਲਕ ਨੂੰ ਪਛਾਣਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਸਵਾਮੀ ਕੋ ਗ੍ਰਹਿ ਜੋ ਸਦਾ, ਸਵਾਨ ਤਜਤ ਨਹੀਂ ਨਿਤ, ਉਹਨੂੰ ਆਪਣੇ ਮਾਲਕ ਦੀ ਪਛਾਣ ਹੈ। ਠੀਕ ਹੈ, ਉਹ ਘਟਦਾ ਵੀ ਹੈ, ਉਹ ਚਟਦਾ ਵੀ ਹੈ, ਸਵਾਨ ਉਹਨੂੰ ਇਸ ਕਰਕੇ ਕਹਿੰਦੇ ਨੇ ਉਹ ਆਪਣੇ ਮਾਲਕ ਨੂੰ ਪਛਾਣਦਾ ਵੀ ਹੈ। ਅਤੇ ਜੇ ਕਿਧਰੇ ਚਲਾਣਾ ਕਰ ਜਾਏ ਤੁਸੀਂ ਵੀਡੀਓਜ਼ ਕੱਢ ਕੇ ਦੇਖੋ, ਕੁੱਤੇ ਕਬਰਾਂ ਤੱਕ, ਮੜੀਆਂ ਤੱਕ ਚਲੇ ਜਾਂਦੇ ਨੇ, ਜਿੱਥੇ ਸੰਸਕਾਰ ਕੀਤਾ ਉੱਥੇ ਬੈਠਦੇ ਨੇ, ਰੋਂਦੇ ਨੇ ਉੱਥੇ, ਬਕਾਇਦਾ ਪਛਾਣ ਹੈ ਉਹਨਾਂ ਨੂੰ ਵੀ ਸਾਡਾ ਮਾਲਕ ਮਰ ਗਏ, ਮਾਲਕ ਦੀ ਉਹਨਾਂ ਨੂੰ ਪਛਾਣ ਹੈ। ਇਸ ਵਾਸਤੇ ਕਹਿੰਦੇ ਨੇ ਸਵਾਨ, ਕੱਟਣ ਅਤੇ ਚੱਟਣ ਦੇ ਕਰਕੇ ਕਹਿੰਦੇ ਨੇ ਕੁੱਤਾ,
ਫਿਰਕੇ ਦਾ ਹੋਰ ਨਾਮ ਵੀ ਹੈ ਕੂਕਰ, ਇਹ ਵੀ ਹੈ। ਇਹ ਠੀਕ ਹੈ ਵੀ ਅਸੀਂ ਨਹੀਂ ਵਰਤਦੇ ਗੁਰਬਾਣੀ ਦੇ ਵਿੱਚ, ਤੀਸਰਾ ਨਾਮ ਇਹਦਾ ਕੂਕਰ ਹੈ। ਕੂਕਰ ਦਾ ਅਰਥ ਹੈ ਕੂਕ ਕਰੇ, ਕੂਕ ਕਰੇ ਵੀ ਉਹ ਆਵਾਜ਼ ਵੀ ਕੱਢਦਾ, ਉਹਦੀ ਆਵਾਜ਼ ਉਹਦਾ ਵਖਰੇਵਾਂ ਵੀ ਹੁੰਦਾ। ਪਰਿਵਾਰ ਵਾਲਿਆਂ ਨੂੰ ਪਤਾ ਚੱਲਦਾ, ਗੁਆਂਢੀਆਂ ਨੂੰ ਪਤਾ ਚੱਲਦਾ ਫਲਾਨੇ ਦਾ ਕੁੱਤਾ ਭੌਂਕ ਰਿਹਾ, ਤਾਂ ਉਹਨਾਂ ਦਾ ਕੁੱਤੇ ਦੀ ਆਵਾਜ਼ ਹੈ, ਉਹਦੀ ਆਵਾਜ਼ ਤੋਂ ਵੀ ਉਹਦਾ ਵਖਰੇਵਾਂ ਹੁੰਦਾ। ਇਸ ਕਰਕੇ ਸੰਖੇਪ ਸ਼ੈਲੀ ਦੇ ਨਾਲ ਇਹ ਨਾਮ ਨੇ, ਜਾਨਵਰ ਦਾ ਨਾਮ ਜਿਹੜਾ ਸਾਡੀ ਆਮ ਜੀਵਨ ਦੇ ਵਿੱਚ ਕੁੱਤਾ, ਇੱਕ ਹੈ ਘੋੜਾ, ਇਹ ਨਾਮ ਵੀ ਪੰਜਾਬੀ ਬੋਲਣ ਵਾਲੇ ਉਹਨਾਂ ਨੇ ਸੁਣਿਆ ਹੋਣਾ ਵੀ ਘੋੜੇ। ਹੁਣ ਇਹਦੇ ਕੀ ਅਰਥ ਨੇ, ਅਗਲਾ ਅਰਥ ਪੁੱਛਣਾ ਚਾਹੇ, ਇਹਦੀ ਕਹਾਵਤ ਵੀ ਹੈ ਵੀ ਅਗਰ ਘੋੜਾ ਘਾਹ ਦੇ ਨਾਲ ਦੋਸਤੀ ਕਰੂਗਾ ਤਾਂ ਖਾਊਗਾ ਕੀ। ਘੋੜੇ ਦੇ ਅਰਥ ਨੇ ਘਾਹ ਲੋੜਾ, ਜਿਹਦੀ ਲੋੜ ਕੇਵਲ ਘਾਹ ਹੈ, ਘਾਹ ਲੋੜਾ, ਵਧੀਆ ਘਾਹ। ਹੁਣ ਜੀ ਵੀ ਉਹ ਕਹਿੰਦੇ ਵੀ ਘੋੜਾ ਘਾਹ ਦੇ ਨਾਲ ਦੋਸਤੀ ਕਰ ਲੂਗਾ ਵੀ ਜਿਹੜੀ ਉਹਦੀ ਲੋੜ ਹੈ ਅਤੇ ਉਹ ਖਾਊਗਾ ਕੀ। ਘਾਈਆਂ ਦਾ ਵੀ ਜ਼ਿਕਰ ਹੈ ਗੁਰੂ ਕਾਲ ਦੇ ਸਮਿਆਂ ਦੇ ਵਿੱਚ ਜਦ ਘੋੜੇ ਸੀ। ਇਸ ਤਰ੍ਹਾਂ ਦੇ ਨਾਲ ਹਰੇਕ ਸ਼ਬਦ ਅਤੇ ਉਹਦੇ ਅਰਥ ਤੁਸੀਂ ਸਿੱਖਾਂ ਦੇ ਵਿੱਚ ਆਸਾ ਦੀ ਵਾਰ ਹੈ, ਰੋਜ਼ ਗਾਇਨ ਕੱਢਦੇ ਨੇ ਸਾਰੇ ਗੁਰੂ ਘਰਾਂ ਦੇ ਵਿੱਚ, ਔਰ ਮਨੁੱਖ ਸੁਣਦੇ ਨੇ, ਬੜੇ ਨੂੰ ਯਾਦ ਹੈ। ਉਹਦੇ ਵਿੱਚ ਤੁਸੀਂ ਅਗਰ 467 ਅੰਗ ਦੇ ਉੱਪਰ ਤੁਸੀਂ ਆਈ ਗ੍ਰੰਥ ਦੇ ਵਿੱਚ ਲੱਲਾ ਲੱਲਾ ਅੱਪਾ ਲਿਖੋਗੇ ਤੁਹਾਡੇ ਸਾਹਮਣੇ ਇਹ ਆ ਜਾਏਗਾ, ਲਿਖ ਲਿਖ ਪੜ੍ਹਿਆ ਦੂਸਰੀ ਪੰਕਤੀ ਆਏਗੀ ਤੇਤਾ ਕੜਿਆ ਤੇਤਾ ਕੜਿਆ ਕੜਿਆ। ਹੁਣ ਇਹਦੇ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਬਿਲਕੁਲ ਸਹੀ ਕੀਤੇ ਨੇ, ਕੜਿਆ ਦੇ ਅਰਥ ਉਹ ਕਰਦੇ ਨੇ। ਤੁਸੀਂ ਆਈ ਗ੍ਰੰਥ ਦੇ ਵਿੱਚ ਦੇਖ ਲਓ, ਉਹਨਾਂ ਦੇ ਸਟੀਕ ਦੇ ਵਿੱਚ ਉਹ ਦੇਖ ਲਓ ਅਹੰਕਾਰੀ, ਔਰ ਕਈ ਸ਼ਬਦਾਂ ਦੇ ਅਰਥ। ਕਮਾਲ ਦੀ ਗੱਲ ਹੈ, ਪ੍ਰੋਫੈਸਰ ਸਾਹਿਬ ਸਿੰਘ ਬਿਲਕੁਲ ਸਹੀ ਕਰ ਜਾਂਦੇ ਨੇ, ਪਰ ਉਹ ਮੈਥਡ ਨਹੀਂ ਦੱਸਦੇ ਆਪਣੇ ਸਟੀਕ ਦੇ ਵਿੱਚ, ਤਰੀਕਾ ਨਹੀਂ ਦੱਸਦੇ ਵੀ ਕੜਿਆਂ ਨੂੰ ਅਹੰਕਾਰੀ ਤੁਸੀਂ ਕਿਉਂ ਕਹਿ ਰਹੇ ਹੋ। ਹੁਣ ਜਾਂ ਅਸੀਂ ਤਾਂ ਅਹੰਕਾਰੀ ਨੂੰ ਕੜਿਆ ਕਹਿੰਦੇ ਹੀ ਨਹੀਂ ਹੈ। ਇਹ ਜਿਹੜਾ ਕੜਿਆ ਸ਼ਬਦ ਹੈ ਇਹ ਸੰਖੇਪ ਹੈ, ਪੂਰਾ ਸ਼ਬਦ ਤਾਂ ਬਣਦਾ ਜੇ ਇਹਦੇ ਮੂਹਰੇ ਆੜੇ ਨੂੰ ਕੰਨਾਂ ਲਾਈਏ। ਇਹ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਇੰਨਾ ਹੀ ਲਿਖਿਆ, ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਸੰਖੇਪ ਸ਼ੈਲੀ ਹੈ। ਔਰ ਮਨੁੱਖ ਇਹ ਵੀ ਸਵਾਲ ਕਰ ਸਕਦਾ ਵੀ ਸੰਖੇਪ ਸ਼ੈਲੀ ਲਿਖਣ ਦੀ ਲੋੜ ਕੀ ਹੈ, ਪੂਰਾ ਸ਼ਬਦ ਲਿਖ ਦਿਓ, ਇਹ ਵੀ ਇੱਕ ਸਵਾਲ ਖੜਾ ਹੋ ਸਕਦਾ। ਸਿਆਣੇ ਮਨੁੱਖ ਕਹਿੰਦੇ ਨੇ ਵੀ ਜਿੰਨਾ ਮਨੁੱਖ ਸਿਆਣਾ ਹੋਵੇਗਾ
ਉਨਾ ਹੀ ਸੰਖੇਪ ਹੋਵੇਗਾ। ਜਿੰਨਾ ਸਿਆਣਾ ਹੋਵੇਗਾ, ਬਰੀਕ ਹੋਵੇਗਾ, ਉਹ ਉਨਾ ਹੀ ਸੰਖੇਪ ਹੋਵੇਗਾ। ਔਰ ਇੱਕ ਤਾਂ ਲਿਖੀ ਮਹਾਰਾਜ ਨੇ ਲੜੀਵਾਰ ਹੈ, ਇੱਕ ਲਿਖੀ ਸੰਖੇਪ ਸ਼ੈਲੀ ਨਾਲ ਹੈ, ਤਾਂ ਕਿ ਤੁਹਾਡੀ ਇਕਾਗਰਤਾ ਪੂਰੀ ਹੋਵੇ, ਤੁਹਾਨੂੰ ਪਤਾ ਚੱਲੇ। ਪੂਰਾ ਸ਼ਬਦ ਹੈ ਆਕੜਿਆ, ਲਿਖ ਲਿਖ ਪੜ੍ਹਿਆ ਤੇਤਾ ਆਕੜਿਆ। ਆਪਾਂ ਕਹਿੰਦੇ ਵੀ ਬੜੀ ਆਕੜ ਹੈ ਇਹਦੇ ਅੰਦਰ। ਕੜਿਆ ਸ਼ਬਦ ਦੇ ਕੋਈ ਅਰਥ ਨਹੀਂ ਨੇ, ਕੜਿਆ ਸ਼ਬਦ ਸੰਖੇਪ ਹੈ। ਜਿਵੇਂ ਦੀ ਹੁਣ ਯੂਕੇ ਨੂੰ ਜੇ ਅਰਥ ਕਰਾਂਗੇ ਤਾਂ ਉਹਨੂੰ ਖੋਲ੍ਹਣਾ ਹੀ ਪੈਣਾ, ਯੂਨਾਈਟਿਡ ਕਿੰਗਡਮ। ਫਿਰ ਪਤਾ ਚੱਲਦਾ ਵੀ ਇਕੱਠਾ ਰਾਜ, ਯੂਨਾਈਟਿਡ ਕਿੰਗਡਮ, ਵੱਡਾ ਰਾਜ, ਇਕੱਠਾ ਰਾਜ। ਇਹਦੇ ਸਾਹਮਣੇ ਤੁਸੀਂ ਅਗਰ ਆੜਾ ਲਗਾਓਗੇ ਫਿਰ ਤੁਹਾਨੂੰ ਪਤਾ ਚੱਲੇਗਾ ਵੀ ਪੂਰਾ ਸ਼ਬਦ ਹੈ ਆਕੜਿਆ। ਮਹਾਰਾਜ ਨੇ ਲਿਖਿਆ ਸੰਖੇਪ, ਕੜਿਆ ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਵੀ ਉਹ ਜਿੰਨਾ ਮਨੁੱਖ ਬਿਨਾਂ ਸਮਝੇ ਤੋਂ ਪੜ੍ਹਦਾ ਜਾਂਦਾ ਓਨਾ ਹੀ, ਔਰ ਪੜ੍ਹਿਆ ਮੂਰਖ ਆਖੀ ਹੈ। ਬੜੇ ਪੜ੍ਹੇ ਲਿਖਿਆਂ ਦੇ ਅੰਦਰ ਹੰਕਾਰ ਹੁੰਦਾ ਪੜ੍ਹੇ ਲਿਖੇ ਹੋਣ ਦਾ, ਵੀ ਅਸੀਂ ਤਾਂ ਬਹੁਤ ਪੜ੍ਹੇ ਲਿਖੇ ਹਾਂ। ਇੱਕ ਹੋਰ ਸ਼ਬਦ ਵੀ ਹੈ, ਜਿਵੇਂ ਦੀ ਆਪਾਂ ਪਰਮਾਤਮਾ ਦੇ ਨਾਮਾਂ ਬਾਰੇ ਜਾਣਿਆ, ਇੱਕ ਸ਼ਬਦ ਹੈ ਢੇੜ। ਇਹ ਵੀ ਅਸੀਂ ਪਿੰਡਾਂ ਦੇ ਵਿੱਚ ਸੁਣਦੇ ਹਾਂ, ਢੱਡੇ ਨੂੰ ਲਾਂ ਢੇੜ। ਔਰ ਇਹ ਸ਼ਬਦ ਐਸਾ ਵੀ ਹੋ ਸਕਦਾ ਬੋਲਣ ਵਾਲੇ ਨੂੰ ਵੀ ਨਾ ਪਤਾ ਹੋਵੇ, ਕਹਿ ਤਾਂ ਦਿੰਦਾ ਮਨੁੱਖ, ਬੜੇ ਮਨੁੱਖਾਂ ਨੂੰ ਕਹਿ ਦਿੰਦਾ, ਔਰ ਹੋ ਸਕਦਾ ਸੁਣਨ ਵਾਲੇ ਨੂੰ ਵੀ ਨਾ ਪਤਾ ਹੋਵੇ, ਸੁਣਨ ਵਾਲੇ ਨੂੰ ਵੀ ਨਾ ਪਤਾ ਹੋਵੇ। ਇਹ ਸ਼ਬਦ ਗੁਰਬਾਣੀ ਦੇ ਵਿੱਚ ਇਹਦਾ ਜ਼ਿਕਰ ਹੈ। ਔਰ ਜੇ ਤੁਸੀਂ ਕਿਸੇ ਨੂੰ ਖਾਸ ਇਸ ਤਰ੍ਹਾਂ ਦੇ ਨਾਲ ਕਹਿੰਦੇ ਹੋ ਤਾਂ ਹੋ ਸਕਦਾ ਅਜੋਕੇ ਸਮੇਂ ਦੇ ਵਿੱਚ ਸੰਵਿਧਾਨ ਦੀਆਂ ਧਾਰਾਵਾਂ ਦੇ ਤਹਿਤ ਉਹਦੇ 'ਤੇ ਪਰਚਾ ਵੀ ਦਰਜ ਹੋ ਸਕਦਾ ਵੀ ਜੀ ਸਾਨੂੰ ਨੀਵਾਂ ਦਿਖਾਉਣ ਵਾਸਤੇ ਇਹਨੇ ਜਾਣ ਕੇ ਇਹ ਸ਼ਬਦ ਕਿਹਾ। ਜੇ ਤੁਸੀਂ ਕਿਸੇ ਨੂੰ ਕਹਿ ਦੇਵੋ, ਤੁਹਾਡੀ ਮਨਸ਼ਾ ਗਲਤ ਹੋਵੇ, ਸਮਝਾਉਣ ਵਾਸਤੇ ਤੁਸੀਂ ਕਹਿ ਸਕਦੇ ਹਾਂ। ਇਹ ਸ਼ਬਦ ਪਹਿਲਾਂ ਤਾਂ ਦੇਖ ਲਈਏ ਵੀ ਕਿੰਨੇ ਵਾਰ ਆਇਆ। ਇਹ ਚੀਜ਼ ਹੈ, ਇਹਨੇ ਦੋ ਵਾਰੀ ਆਇਆ, ਇੱਕ ਵਾਰੀ ਨਾਮਦੇਵ ਜੀ ਦਾ, ਇੱਕ ਵਾਰੀ ਤਾਂ ਨਾਮਦੇਵ ਜੀ ਦੇ ਨਾਲ ਹੈ ਮਲਾਰ ਰਾਗ ਦੇ ਵਿੱਚ। ਮਲਾਰ ਰਾਗ ਹੈ ਨਾਮਦੇਵ ਜੀ। ਇੱਕ ਵਾਰੀ ਹੈਗਾ ਭਗਤ ਰਵਿਦਾਸ ਜੀ। ਉਹਨਾਂ ਇਹ ਵੀ ਮਲਾਰ ਰਾਗ ਦੇ ਵਿੱਚ ਹੈ। ਇੱਕ ਵਾਰੀ ਤਾਂ ਨਾਮਦੇਵ ਜੀ ਦਾ। ਇਹਦੇ ਅਰਥ ਨੇ ਭਗਤ ਰਵਿਦਾਸ ਜੀ ਨੇ ਕੀਤੇ ਨੇ ਢੇੜ ਦੇ, ਮੇਰੀ ਜਾਤ ਢੇੜ ਸ਼ਬਦ ਦੇ, ਮੇਰੀ ਜਾਤ ਭਗਤ ਨਾਮਦੇਵ ਜੀ 1293 ਅੰਗ, ਮੇਰੀ ਜਾਤ ਕੁੱਟ ਬਾਂਡ ਲਾ ਮੇਰੇ ਭਗਤ ਨਾਮਦੇਵ ਜੀ ਜ਼ਿਕਰ ਕਰਦੇ ਨੇ ਢੋਰ ਢੋਵੰਤਾ। ਇਹ ਹੁਣ ਜਿਹੜਾ ਢੋਰ ਢੋਵੰਤਾ ਹੈ ਨਾ, ਇਹ ਢੇੜ ਸ਼ਬਦ ਦੀ ਵਿਆਖਿਆ ਹੈ। ਅੱਜ ਨਿਤੇ ਬਨਾਰਸੀ ਆਸ ਪਾਸਾ, ਬਨਾਰਸ ਦੇ ਰਹਿਣ ਵਾਲੇ ਸੀ, ਨਿਤੇ
ਬਨਾਰਸੀ ਆਸ ਪਾਸਾ ਮਲਾਰ ਰਾਗ। ਇਹ ਜਿਹੜਾ ਢੇਡ ਸ਼ਬਦ ਹੈ ਇੱਕ ਢੱਡਾ ਤੇ ਇਹ ਹੈ, ਇੱਕ ਢੱਡਾ ਇਹ ਹੈ। ਢੋਵੇ ਢੋਰ ਜੋ ਮਰੇ ਹੋਏ ਪਸ਼ੂਆਂ ਨੂੰ ਢੋਂਦਾ, ਉਹਨਾਂ ਸਮਿਆਂ ਦੇ ਵਿੱਚ ਚਮੜਾ, ਅੱਜ ਕੱਲ੍ਹ ਤਾਂ ਫੈਕਟਰੀਆਂ ਨੇ ਨਾ ਤਾਂ ਇਸ ਤਰ੍ਹਾਂ ਦੀ ਕਿਰਿਆ ਰਹਿ ਗਈ ਹੈ ਵੀ ਪਿੰਡਾਂ ਦੇ ਵਿੱਚ ਤੁਹਾਨੂੰ ਠੀਕ ਹੈ, ਕੁਝ ਕੁ ਬੰਦੇ ਜਾਨਵਰ ਜਦ ਕੋਈ ਮਰ ਜਾਂਦਾ ਉਹ ਲੈ ਕੇ ਜਾਂਦੇ ਨੇ। ਉਹ ਸਿਰਫ ਇਤਨੀ ਕਿ ਜਿਵੇਂ ਦੀ ਕੋਈ ਖੇਤੀਬਾੜੀ ਕਰਦਾ, ਜਿਵੇਂ ਕੋਈ ਕੱਪੜਾ ਬੁਣਦਾ, ਬਸ ਉਹ ਮਰੇ ਹੋਏ ਪਸ਼ੂਆਂ ਨੂੰ ਢੋਂਦਾ। ਹੁਣ ਢੋਰ ਢੋਵੰਤਾ, ਢੋ ਰਿਹਾ ਚੱਕ ਕੇ ਲਿਜਾ ਰਿਹਾ, ਇੱਕ ਤਾਂ ਹੁੰਦਾ ਤੋਰ ਕੇ ਲਿਜਾਣਾ, ਅਤੇ ਜ਼ਿਮੀਦਾਰ ਵੀ ਜਾਂ ਜਿਹੜੇ ਰੱਖਦੇ ਨੇ ਉਹ ਚਾਰਨ ਵਾਸਤੇ ਲੈ ਕੇ ਜਾਂਦੇ ਨੇ। ਪਰ ਇਹ ਮਰ ਗਿਆ, ਮਰੇ ਹੋਏ ਨੂੰ ਹੁਣ ਲੈ ਕੇ ਜਾ ਰਿਹਾ। ਭਗਤ ਰਵਿਦਾਸ ਜੀ, ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿੱਤੇ ਬਨਾਰਸੀ ਆਸ ਪਾਸਾ, ਇਹ ਢੇਡ ਸ਼ਬਦ ਦੀ ਵਿਆਖਿਆ ਹੈ। ਇਸ ਤਰ੍ਹਾਂ ਦੇ ਨਾਲ ਇਹ ਹੁਣ ਸ਼ਬਦ ਜੇ ਤਾਂ ਬੰਦਾ ਜਾਣਦਾ, ਜੇ ਤਾਂ ਉਹ ਕਿਰਿਆ ਨੂੰ ਜਾਣਦਾ, ਫਿਰ ਉਹ ਦੇਖੇਗਾ ਵੀ ਅਰੇ ਹੋ ਸਕਦਾ ਇਹਨਾਂ ਦੇ ਪੂਰਵਜ ਕਿਧਰੇ ਕਿਸੇ ਟਾਈਮ 'ਤੇ ਕਰਦੇ ਹੋਣ, ਹੁਣ ਤਾਂ ਇੱਕ ਕਿਰਿਆ ਹੈ ਵੀ ਨਹੀਂ ਹੈ, ਹੁਣ ਤਾਂ ਫੈਕਟਰੀਆਂ ਆ ਗਈਆਂ ਨੇ। ਅਤੇ ਜੇ ਜਿਹਨੂੰ ਉਹ ਫਿਰ ਕਹੇਗਾ ਵੀ ਨਹੀਂ, ਅਤੇ ਜਿਹਨੂੰ ਕਿਹਾ ਗਿਆ ਉਹ ਵੀ ਗੁੱਸਾ ਨਹੀਂ ਕਰੇਗਾ ਵੀ ਯਾਰ ਅਸੀਂ ਤਾਂ ਇਹ ਕੰਮ ਕਰਦੇ ਹੀ ਨਹੀਂ ਨੇ, ਹੁਣ ਇਹ ਤਾਂ ਕੰਮ ਹੀ ਜ਼ਿਆਦਾਤਰ ਪੇਸ਼ਾ ਇਹ ਘੱਟ ਗਿਆ। ਇਸ ਵਾਸਤੇ ਇਹਨਾਂ 'ਤੇ ਕਹਿਣ ਵਾਲੇ ਨੂੰ ਗਿਆਨ ਹੁੰਦਾ ਵੀ ਉਹ ਮਰੇ ਹੋਏ ਪਸ਼ੂ ਨੂੰ ਢੋਣ ਦੇ ਕਰਕੇ ਕਹਿੰਦੇ ਸੀ ਅਜੋਕੇ ਸਮੇਂ ਦੇ ਵਿੱਚ। ਅਤੇ ਜੇ ਨਾ ਸੁਣਨ ਵਾਲਾ ਗੁੱਸਾ ਕਰੇਗਾ ਵੀ ਇਹ ਤਾਂ ਅਸੀਂ ਕੰਮ ਛੱਡ ਚੁੱਕੇ ਹਾਂ, ਹੁਣ ਤਾਂ ਕਿਰਿਆ ਨਵੇਂ ਤਰੀਕੇ ਨਾਲ ਕਹਿਣਾ ਚਾਹੀਦਾ, ਨਵਾਂ ਨਾਮ ਕੋਈ ਦੇਣਾ ਚਾਹੀਦਾ, ਪਰ ਨਾਮ ਪੁਰਾਣੇ ਹੀ ਚੱਲੇ ਤੁਰੇ ਆਉਂਦੇ। ਇਹ ਇਸ ਸ਼ਬਦ ਦੀ ਵਿਆਖਿਆ ਹੈ। ਪਰਮਾਤਮਾ ਦੇ ਨਾਮ ਦੀ, ਸਮਾਜ ਦੇ ਵਿੱਚ ਵਰਤੇ ਜਾਂਦੇ ਨਾਮ ਦੀ ਅਤੇ ਜਾਨਵਰਾਂ ਦੇ ਨਾਮ ਦੀ ਜਿੰਨੀ ਕੁ ਹੋ ਸਕੀ ਆਪ ਸੰਗਤਾਂ ਦੇ ਸਾਹਮਣੇ ਵਿਆਖਿਆ ਰੱਖੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।